ਗੁਰਦਾਸਪੁਰ ਦੇ ਨਜ਼ਦੀਕ ਪੈਂਦੇ ਪਿੰਡ ਚੰਡੇ ਵਿਖੇ ਸੀਵਰੇਜ ਦੇ ਖੜੇ ਪਾਣੀ ਨੇ ਲੋਕਾਂ ਦੀ ਜ਼ਿੰਦਗੀ ਨੂੰ ਨਰਕ ਬਣਾਇਆ ਹੋਇਆ ਹੈ ਲੋਕਾਂ ਦਾ ਜਣਾ ਦੁੱਬਰ ਹੋ ਚੁੱਕਿਆ ਹੈ ਕਿਉਂਕਿ ਗਲੀਆਂ ਦੇ ਵਿੱਚ ਖੜੇ ਪਾਣੀ ਕਰਕੇ ਜਿੱਥੇ ਬਿਮਾਰੀਆਂ ਦਾ ਡਰ ਬਣਿਆ ਹੋਇਆ ਹੈ ਉੱਥੇ ਹੀ ਲੋਕਾਂ ਨੂੰ ਆਪਣੇ ਰੋਜ਼ਮਰਾਂ ਦੇ ਕੰਮ ਕਰਨ ਦੇ ਵਿੱਚ ਵੀ ਵੱਡੀ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਮੌਕੇ ਤੇ ਪਿੰਡ ਵਾਸੀਆਂ ਵੱਲੋਂ ਪੰਜਾਬ ਸਰਕਾਰ ਨੂੰ ਲਾਂਹ ਤਾ ਪਾਉਂਦੇ ਹੋਏ ਗੱਲ ਆਖੀ ਗਈ ਹੈ ਕਿ ਸੂਬਾ ਸਰਕਾਰ ਨੇ ਚੋਣ ਪ੍ਰਚਾਰ ਦੇ ਸਮੇਂ ਤਾਂ ਵਾਅਦੇ ਕੀਤੇ ਸਨ ਪਰ ਉਹ ਵਾਅਦੇ ਹੁਣ ਤੱਕ ਵੀ ਪੂਰੇ ਨਹੀਂ ਕੀਤੇ ਗਏ ਪਿੰਡ ਦੀਆਂ ਗਲੀਆਂ ਦੇ ਵਿੱਚ ਕਰੀਬ 8 ਮਹੀਨੇ ਤੋਂ ਇਹ ਗੰਦਾ ਪਾਣੀ ਖੜਾ ਹੈ ਜਿਸ ਦੀ ਕਿਦਰੇ ਵੀ ਨਿਕਾਸੀ ਨਹੀਂ ਹੋ ਰਹੀ ਪਿੰਡ ਵਾਸੀਆਂ ਵੱਲੋਂ ਦਾਵਾ ਕੀਤਾ ਗਿਆ ਹੈ ਕਿ ਉਹਨਾਂ ਵੱਲੋਂ ਬਲਾਕ ਸਰਪੰਚ ਸਮੇਤ ਪ੍ਰਸ਼ਾਸਨ ਦੇ ਹਰ ਪੜਾਅ ਤੇ ਜਾ ਕੇ ਆਪਣੀ ਗੁਹਾਰ ਲਗਾਈ ਗਈ ਹੈ ਪਰ ਕਿਸੇ ਵੱਲੋਂ ਵੀ ਉਹਨਾਂ ਦੀ ਕੋਈ ਵੀ ਸੁਣਵਾਈ ਨਹੀਂ ਕੀਤੀ ਜਾ ਰਹੀ ਪਿੰਡ ਵਾਸੀਆਂ ਵੱਲੋਂ ਆਖਿਆ ਗਿਆ ਹੈ ਕਿ ਲੋਕਾਂ ਅਤੇ ਛੋਟੇ ਬੱਚਿਆਂ ਤੱਕ ਨੂੰ ਇਸ ਗੰਦੇ ਪਾਣੀ ਵਿੱਚੋਂ ਦੀ ਲੰਘ ਕੇ ਜਾਣਾ ਪੈਂਦਾ ਹੈ ਜਿਸ ਕਰਕੇ ਪਿੰਡ ਦੇ ਵਿੱਚ ਬਿਮਾਰੀਆਂ ਦਾ ਵੀ ਡਰ ਬਣਿਆ ਹੋਇਆ ਹੈ ਇਸ ਮੌਕੇ ਤੇ ਪਿੰਡ ਵਾਸੀਆਂ ਵੱਲੋਂ ਪੰਜਾਬ ਸਰਕਾਰ ਸਮੇਤ ਆਪਣੇ ਹਲਕੇ ਦੇ ਵਿਧਾਇਕ ਨੂੰ ਵੀ ਬੇਨਤੀ ਕੀਤੀ ਜਾ ਰਹੀ ਹੈ ਕਿ ਉਨ੍ਹਾਂ ਦੀ ਇਸ ਮੁਸ਼ਕਲ ਦਾ ਹੱਲ ਜਲਦ ਤੋਂ ਜਲਦ ਕੀਤਾ ਜਾਵੇ ਪ੍ਰਸ਼ਾਸਨ ਨੂੰ ਗੁਹਾਰ ਲਗਾਉਣ ਦੇ ਨਾਲ-ਨਾਲ ਆਪਣੇ ਦੁਖੜੇ ਕਿਸ ਤਰ੍ਹਾਂ ਪਿੰਡ ਵਾਸੀਆਂ ਵੱਲੋਂ ਇਸ ਮੌਕੇ ਤੇ ਰੋਏ ਜਾ ਰਹੇ ਨੇ ਅਤੇ ਕਿਸ ਤਰ੍ਹਾਂ ਦੇ ਹਾਲਾਤ ਇਸ ਗੰਦੇ ਪਾਣੀ ਦੀ ਨਿਕਾਸੀ ਦੇ ਕਰਕੇ ਬਣੇ ਹੋਏ ਨੇ ਆਓ ਸੁਣਦੇ ਹਾਂ ਉਹਨਾਂ ਦੀ ਜ਼ੁਬਾਨੀ ਆ ਸਾਡਾ ਵੇਲੇ 8 ਮਹੀਨੇ ਹੋ ਗਿਆ ਆ ਹਾਲਾ ਬੱਚੇ ਸਕੂਲ ਜਾਂਦੇ ਆ ਬੱਚੇ ਵੀ ਬਿਮਾਰ ਨੇ ਛੋਟੇ ਛੋਟੇ ਬੱਚੇ ਅਸੀਂ ਵੇਲੀਆਂ ਚ ਇੱਧਰ ਜਾਣਾ ਹੁੰਦਾ ਆ ਘੜੀ ਘੜੀ 15 20 ਫੇਰੇ ਜਾਣਾ ਡੰਗਰਾਂ ਵਾਲ ਵੇਖਣ ਤੇ ਆਹੀ ਬਿਮਾਰ ਹੋ ਗਏ ਨਾ ਨਾ ਪਾਣੀ ਕਿੰਨੀ ਕਵਾਰੀ ਅਸੀਂ ਨਾਈਏ ਸਾਡੇ ਬੰਦੇ ਜਿਹੜੇ ਕਮਾਂ ਤੇ ਜਾਂਦੇ ਨੇ ਉਹ ਵੀ ਕਮਾਂ ਤੋਂ ਨਾਂਦੇ ਨੇ ਤੇ ਕਮਾਂ ਤੋਂ ਹੀ ਨਾ ਕੇ ਆਂਦੇ ਨੇ ਬਹੁਤ ਹਨ ਮੁਸ਼ਕਲਾਂ ਵੇਹਲੀਆਂ ਦੇ ਵਿੱਚ ਜਾ ਕੇ ਤੇ ਕਪੜੇ ਤੋਂ ੋਂਦੇ ਦਿਆ ਗਰਮੀ ਆ ਬਹੁਤ ਜ਼ਿਆਦੀ ਗੰਦਗੀ ਆ ਮੱਖੀ ਇੰਨੀ ਆ ਕੋਈ ਹਿਸਾਬ ਨਹੀਂ ਸਾਨੂੰ ਬਿਮਾਰੀ ਦਾ ਡਰ ਆ ਤੇ ਸਰਕਾਰ ਨੂੰ ਹੀ ਵੋਟਾਂ ਪਾਈਆਂ ਤੇ ਸਰਕਾਰ ਦੇ ਅੱਗੇ ਬੜੀ ਬੇਨਤੀ ਆ ਸਾਡੀ ਸਾਡੀ ਸੁਣਾਈ ਕੀਤੀ ਜਾਵੇ 8-9 ਮਹੀਨੇ ਹੋ ਗਏ ਸਾਡਾ ਇਹੋ ਹਾਲ ਆ ਤੇ ਸਰਕਾਰ ਨੇ ਨਾਨਾ ਚੌਧਰੀ ਨਾ 5 ਲੱਖ ਰੁਪਈਆ ਵੀ ਸਾਡੇ ਇੱਥੇ ਬਲਾਕ ਦੇ ਵਿੱਚ ਪਾਇਆ ਆ ਅਹੀਂ ਬਲਾਗ ਦੇ ਵਿੱਚ ਵੀ 20-25 ਬੁੱਢੀਆਂ ਅਸੀਂ ਇਕੱਠੀਆਂ ਹੋ ਕੇ ਤੇ ਗਏ ਆ ਤੇ ਸਾਨੂੰ ਕਹਿੰਦੇ ਅੱਜ ਆਣਿਆ ਕੱਲ ਆਣਿਆ ਤੇ ਕੋਈ ਨਹੀਂ ਆਂਦਾ ਸਾਡੀ ਕੋਈ ਸੁਣਾਈ ਨਹੀਂ ਕਰਦਾ ਸਾਡਾ ਬਹੁਤ ਬੁਰਾ ਹਾਲ ਆ ਸਰਕਾਰ ਸਾਡੀ ਬੜੀ ਬੇਨਤੀ ਆ ਬਲਾਗ ਚ ਲੈ ਕੇ ਬੜੀ ਆਰੀ ਦਿੱਤਾ ਲੈ ਕੇ ਉਹ ਕਹਿੰਦੇ ਸੈਣ ਸਾਰੇ ਪਹਾਲੇ ਦੇ ਕਰਾ ਕੇ ਲਿਆਓ ਅਸੀਂ ਸੈਣ ਵੀ ਕਰਕੇ ਦਿੱਤੇ ਨੇ ਤੇ ਤਾਂ ਵੀ ਸਾਡੀ ਕੋਈ ਸੁਣਾਈ ਨਹੀਂ ਹੁੰਦੀ ਨਵੀਂ ਸਰਕਾਰ ਬਣੀ ਹੈ ਹਾਂ ਜੀ ਨਵੀਂ ਸਰਕਾਰ ਨੇ ਅਸੀਂ ਬੜੇ ਫੋਨ ਕੀਤੇ ਨੇ ਤੇ ਉਹ ਵੀ ਕੋਈ ਸੁਣਾਈ ਨਹੀਂ ਸਾਡੀ ਹੋਣ ਦੀ ਸਰਪੰਚ ਤਾਂ ਕੀ ਸਰਪੰਚ ਤੱਕ ਰਾਵੀ ਅਸੀਂ ਕੀਤੇ ਸਰਪੰਚ ਸਾਡਾ ਕੋਈ ਹੱਲ ਨਹੀਂ ਕਰਦਾ ਜੀ ਉਹ ਨਹੀਂ ਹਾੜੀ ਕੋਈ ਸੁਨਾਈ ਨਹੀਂ ਹੁੰਦੀ ਇਹ ਮੁਸ਼ਕਲ ਆ ਇਹ ਪਾਣੀ ਦੀ ਮੁਸ਼ਕਲ ਆ ਪਾਣੀ ਵਿੱਚੋਂ ਨਹੀਂ ਨੰਗਿਆ ਜਾਣ ਦੇਦਾ ਨਾ ਗੰਦਗੀ ਫੈਲ ਗਈ ਹੈ ਜਿੰਨੀ ਕੋਈ ਹਿਸਾਬ ਨਹੀਂ ਤੇ ਨਾ ਪਾਣੀ ਬੰਦ ਹੋ ਗਦਾ ਨਾ ਹੀ ਕੰਮ ਕਰ ਸਕਨੇ ਆ ਨਾ ਹੀ ਭਾਂਡੇ ਮਾਂਸਾ ਨਾ ਹੀ ਕੱਪੜੇ ਧੋ ਸਕਦਾ ਨਾ ਹੀ ਕੋਈ ਨਾ ਸਕਦਾ ਆ ਕਿੱਥੇ ਚਲ ਜੀਏ ਅਸੀਂ ਨਾਣ ਨੂੰ ਮੁਸ਼ਕਲ ਕੀ ਆ ਬੜੀ ਮੁਸ਼ਕਲ ਆ ਪਾਣੀ ਆ ਪਾਣੀ ਇਕੱਠਾ ਹੋਇਆ ਇੱਥੇ ਇਹ ਪਾਣੀ ਨਹੀਂ ਅੱਗੇ ਜਾਣ ਦੇਣੇ ਨਾਲਾ ਨਹੀਂ ਨਿਕਲ ਦੇਦਾ ਪਾਣੀ ਨਹੀਂ ਅੱਗੇ ਜਾਣ ਦੇਣੇ ਪਰ ਨਾਲੇ ਦਾ ਹੱਲ ਕੋਈ ਕਰੋ ਨਾਲੇ ਆ ਨਿਕਲਣਾ ਚਾਹੀਦਾ ਇੱਧਰ ਪਾਣੀ ਦਾ ਨਿਕਾਸ ਕਿਸੇ ਪਾਸੇ ਜਾਏ ਕਿੰਨੇ ਘਰਾਂ ਨੂੰ ਮੁਸ਼ਕਲ ਕਿੰਨੇ ਘਰਾਂ ਚ ਬੈਂਤੀ ਘਰ ਨੇ ਬੈਂਤੀ ਆਵਾਜ਼ ਕਰਾਉਣ ਨੂੰ ਮੁਸ਼ਕਲ ਆ। ਇਹਦੇ ਬਾਰੇ ਕੋਈ ਜੀ ਨੂੰ ਦਰਖਾਸਤ ਕੋ ਦਿੱਤੀ ਕੋ ਹਾਂਜੀ ਦਿੱਤੀ ਅਸੀਂ ਇੱਥੇ ਆਨਾ ਚੋਦਰੀ ਕੋ ਵੀ ਗਏ ਸੀ। ਉਹਨਾਂ ਨੇ ਵੀ ਪੈਸੇ ਪਾਸ ਕਰ ਦਿੱਤੇ ਸਾਨੂੰ। ਬਲਾਗ 'ਚ ਵੀ ਅਸੀਂ ਕਿੰਨੇ ਵਾਰੀ ਗਏ ਆ ਬਲਾਗ ਵਾਲਿਆਂ ਨੇ ਕੋਈ ਹਾਲੇ ਅੱਜ ਕਹਿੰਦੇ ਆ ਕੱਲ ਕਹਿੰਦੇ ਆ ਪਤਾ ਨਹੀਂ ਵੀ ਹੁਣ ਕੋ ਕਿਹੜਾ ਬੰਦਾ ਜਿਹੜਾ ਰਿਕਵਟ ਪਾਣ ਰਿਹਾ ਆ। ਪਿੰਡ ਦੇ ਸਰਪੰਚ ਨੂੰ ਦੱਸਿਆ ਇਹ ਬੜੇ ਹਾਂਜੀ ਗਏ ਸੀ ਬੰਦੇ 5-7 ਗਏ ਸੀ। ਉਹਨਾਂ ਨੇ ਵੀ ਕੋਈ ਗੱਲਬਾਤ ਨਹੀਂ ਕੀਤੀ। ਦੇ ਜਿਹੜੀ ਨਵੀਆਂ ਸਰਕਾਰ ਬਣੀ ਹੈ ਉਹਨਾਂ ਤੱਕ ਕੋਈ ਪਹੁੰਚ ਕੀ ਦੀ ਹਾਂਜੀ ਕੀਤੀ ਅਸੀਂ ਵੀਡੀਓ ਪਾਈਆਂ ਨੇ ਉਹਨਾਂ ਨੂੰ ਫੋਨ ਵੀ ਕੀਤੇ ਨੇ ਤੇ 9 9 9 ਕਰਕੇ ਤੇ ਬੰਦ ਕਰ ਦਿੰਦੇ ਆਂ ਅਸੀਂ ਇਹੋ ਮੰਗ ਕਰਨੇ ਆਂ ਵੀ ਸਾਡਾ ਨਾਲਾ ਪੀ ਪਾਣੀ ਨਿਕਲ ਜਾਏ ਨਿਕਾਸ ਕਿਸੇ ਪਾਸੇ ਹੋ ਜਾਏ ਪਿੰਡ ਜਿੰਡੇ ਸੋਮਰਾਜ ਮੇਰਾ ਨਾਮ ਆ 8 ਮਹੀਨੇ ਹੋ ਗਏ ਇੱਥੇ ਪਾਣੀ ਦਾ ਨਿਕਾਸ ਕਿਤੇ ਨਹੀਂ ਜਾਂਦਾ ਅਸੀਂ ਬਲਾਗ ਚ ਵੀ ਗਏ ਆ ਹਰ ਜਗ੍ਹਾ ਗਏ ਆ ਕੋਈ ਸੁਣਵਾਈ ਨਹੀਂ ਕਰਦਾ ਸਰਪੰਚ ਕੀ ਕਹਿੰਦਾ ਸਰਪੰਚ ਕੋਲ ਵੀ ਗਿਆ ਸਰਪੰਚ ਨੇ ਵੀ ਕੋਈ ਸੁਣਵਾਈ ਨਹੀਂ ਕੀਤੀ ਤੇ ਇਹ ਆ ਵੀ ਸਾਡਾ ਨਿਕਾਸ ਹੋ ਜਾਏ ਪਾਣੀ ਦਾ ਬੱਚੇ ਵੀ ਸਕੂਲ ਦੇ ਦਿਨ ਵੀ ਵੇਖਿਆ ਕਿਦਾਂ ਬੱਚੇ ਪਾਣੀ ਚੋਂ ਲੰਘ ਕੇ ਜਾਂਦੇ ਨੇ ਤੇ ਬੰਬਾਰੀ ਦਾ ਬਹੁਤ ਡਰ ਆ। ਹੋ ਸਕਦਾ ਇੱਥੇ ਕਰੋਨਾ ਵੀ ਫੈਲੇ। ਤੇ ਇਹ ਸਾਡੀ ਦੇ ਉਹ ਬੇਨਤੀ ਆ ਸਾਡਾ ਇਹ ਕੋਈ ਹੱਲ ਹੋ ਜੀ। ਜਦੋਂ ਵੋਟਾਂ ਲੈਣ ਆਏ ਵੋਟਾਂ ਲੈਣ ਆਏ ਫਿਰ ਤਾਂ ਕਹਿੰਦੇ ਵੀ 5 ਮਿੰਟ ਸਭ ਕੁਝ ਹੋ ਜਾਏਗਾ। ਹੁਣ ਤੇ 8 ਮਹੀਨੇ ਹੋ ਗਏ। ਅਮਨ ਦੀ ਬਣਾਇਆ ਮੇਰਾ ਝੰਡੇ ਪਿੰਡ ਆ ਜੀ। ਕੀ ਮੁਸ਼ਕਲ। ਮੁਸ਼ਕਲ ਜਨਾਬ ਪਾਣੀ ਦਾ ਦੇਖੋ ਲੋਕੀ ਘਰਾਂ ਛੱਡ ਕੇ ਚੱਲ ਕੇ ਘਰਾਂ ਚੋਂ ਬਾਹਰ ਚੱਲੇ ਗਏ ਜੀ। ਤਾਲੇ ਲੱਗੇ ਪਏ ਘਰਾਂ ਨੂੰ। ਡੀਸੀ ਦਫ਼ਤਰ ਸਭ ਨੰਬਰ ਆਇਆ ਹੀ ਅਖਬਾਰ ਚ ਕਿ ਨੰਬਰ ਮੁਸ਼ਕਲਾਂ ਦੱਸੋ ਆਪਣੀ ਉੱਤੇ ਵੀ ਵੀਡੀਓ ਬਣਾ ਕੇ ਪਾਈ ਲਿਖ ਕੇ ਵੀ ਪਾਇਆ ਕੋਈ ਸੁਣਵਾਈ ਨਹੀਂ ਸਾਡੀ ਸਰਪੰਚ ਨੂੰ ਤਾਂ ਸਾਲ ਹੀ ਹੋ ਗਿਆ ਮੱਲੇ ਜਾਂਦਾ ਨਹੀਂ ਸਾਡੇ ਸਰਪੰਚ ਤੇ ਉੱਥੇ ਜਾਈਦਾ ਬਲਾਕ ਚ ਬਲਾਕ ਤੇ ਵੀ ਕੋਈ ਸੁਣਵਾਈ ਨਹੀਂ ਸਾਡੇ ਦੁਬਾਰਾ ਕਾਂਗਰਸ ਭਾਂਗੀ ਕਿ ਫੇਰ ਕੋਈ ਹੱਲ ਨਹੀਂ ਹੋਇਆ ਤੇ ਚਲੋ ਕਾਂਗਰਸ ਨੂੰ ਭਰੋਸਾ ਦਿੱਤਾ ਹੈ ਕਿ ਚਲੋ ਸਾਡੇ ਹਲਕੇ ਤੇ ਕੰਮ ਕੀਤੇ ਪਹਿਲੇ ਦੁਬਾਰਾ ਸਾਡਾ ਕੋਈ ਕੰਮ ਨਹੀਂ ਹੋਇਆ ਬਸ ਅੱਜ ਥੋੜੀ ਜਿਹੀ ਗਲੀ ਬਣ ਗਈ ਇੱਧਰੋਂ ਕੋਈ ਨਾਲਾ ਨਹੀਂ ਕੋਈ ਕੁਛ ਨਹੀਂ ਅੱਗੇ ਉਧਰੋਂ ਪੈਲੀਆਂ ਚ ਨਾਲਾ ਜਾਂਦਾ ਉਹਦੇ ਵੀ ਕੋਈ ਸੁਣਵਾਈ ਨਹੀਂ ਹੋਈ ਪਹਿਲੇ ਪਾਣੀ ਕਿੱਥੇ ਜਾਂਦਾ ਪਹਿਲੇ ਕੀ ਇੱਥੇ ਇਹ ਨਾਲੀ ਡੂੰਗੀ ਸੀ ਜੀ ਬਸ ਇੱਥੇ ਨਾਲੀ ਵਿੱਚ ਗਲੀ ਦੇ ਵਿੱਚ ਪਾਣੀ ਪੈਂਦ ਰੰਦਾ ਸੀ ਇਹ ਪਹਿਲੀ ਸੀ ਸਾਡੀ ਇੱਥੇ ਪਾਣੀ ਪੈਂਦ ਰੰਦਾ ਹੁਣ ਪਾਣੀ ਬੰਦ ਕਰਤਾ ਤੇ ਮੰਗ ਰੱਖੀ ਜਨਾਬ ਉਹਦੇ ਉਹ ਕਹਿੰਦੇ ਕਿ ਹੁਣ ਇਹਦਾ ਕੰਮ ਹੋ ਜਾਂਦਾ ਸਦੋ ਵੀਡੀਓ ਸਦੋ ਇਹ ਸਦੋ ਉਹ ਸਦੋ ਹੁਣ ਇਹ ਲਿਖਤ ਦੇ ਦਾਂਗੇ ਇਹ ਕਰ ਦਾਂਗੇ ਉਹਦੇ ਬਾਅਦ ਕੁਛ ਨਹੀਂ ਵੋਟਾਂ ਵਾਲੀਆਂ ਉਹਦੇ ਬਾਅਦ ਕੁਛ ਨਹੀਂ ਪਿੰਡ ਵਾਸੀਆਂ ਵੱਲੋਂ ਇੱਥੋਂ ਤੱਕ ਆਖਿਆ ਜਾ ਰਿਹਾ ਹੈ ਕਿ ਇਸ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਕਈ ਘਰ ਤਾਂ ਖਾਲੀ ਹੋ ਚੁੱਕੇ ਨੇ। ਕਰੀਬ 35 ਪਰਿਵਾਰ ਅਜਿਹੇ ਨੇ ਜੋ ਇਸ ਗੰਦੇ ਪਾਣੀ ਦੀ ਮੁਸ਼ਕਲ ਕਰਕੇ ਵੱਡੀਆਂ ਮੁਸ਼ਕਲਾਂ ਦੇ ਵਿੱਚ ਫਸੇ ਹੋਏ ਨੇ ਅਤੇ ਪੰਜਾਬ ਸਰਕਾਰ ਨੂੰ ਉਹਨਾਂ ਵੱਲੋਂ ਬੇਨਤੀ ਕੀਤੀ ਜਾ ਰਹੀ ਹੈ ਕਿ ਜਲਦ ਤੋਂ ਜਲਦ ਉਹਨਾਂ ਦਾ ਇਹ ਛੋਟਾ ਜਿਹਾ ਮਸਲਾ ਜੋ ਉਹਨਾਂ ਦੇ ਲਈ ਇੱਕ ਵੱਡੀ ਮੁਸ਼ਕਲ ਬਣਿਆ ਹੋਇਆ ਹੈ ਉਸ ਨੂੰ ਹੱਲ ਕੀਤਾ ਜਾਵੇ।